ਜਿਨ੍ਹਾਂ ਨੇ ਵੀ ਪਿਆਰ ਦੇ ਨਾਲ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ। ਤਿਲ ਮਾਤਰ ਦੀ ਸੇਵਾ ਕਰਨ ਦੇ ਨਾਲ ਮਣਾ ਮੂੰਹ ਫਲ ਪ੍ਰਾਪਤ ਹੋਏ। ਇੱਕ ਤਿਲ ਨਹੀਂ ਪੰਨੇ ਕਾਲੇ, ਸਤਿਗੁਰੂ ਦੇ ਦਰ ਦੀ ਸੇਵਾ ਜੋ ਵੀ ਪਿਆਰ ਨਾਲ ਕਰਦਾ ਹੈ ਉਸਦੀ ਸੇਵਾ ਕਦੀ ਵੀ ਵਿਅਰਥ ਨਹੀਂ ਜਾਂਦੀ। ਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਉਣਾ ਹੋਮੇ ਵਿੱਚੋਂ ਜਾਏ। ਮਨ ਚਿੰਦੇ ਫਲ ਪ੍ਰਾਪਤ ਹੁੰਦੇ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ। ਸਾਧ ਸੰਗਤ ਜੀ ਜਪੋ ਸ੍ਰੀ, ਜੋ ਵੀ ਪਿਆਰ ਨਾਲ ਆ ਕੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਰੇਗਾ, ਇਹ ਐਸਾ ਦਰ ਹੈ ਗੁਰੂ ਨਾਨਕ ਦਾ। ਨੌ ਨਿਧੀਆਂ 18 ਸਿੱਧੀਆਂ ਪ੍ਰਾਪਤ ਹੁੰਦੀਆਂ। ਸਾਧ ਸੰਗਤ ਜਪੋ ਸ੍ਰੀ, ਬ੍ਰਹਮ ਬਿੰਦੇ ਤਿਸਦਾ ਬ੍ਰਹਮ ਮਤ ਰਹੇ, ਏਕ ਸ਼ਬਦ ਲਿਵ ਲਾਏ, ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ।